ਨਾ ਦਿੰਦੇ ਤਰੀਬ ਹੋਈ ਇਸ ਵਾਰ ਤੋਂ ਮੈਂ ਦੱਸ ਰਿਹਾ ਕਿ ਬਸ ਹਰ ਕੰਮ ਦਾ ਇੱਕ ਤਰੀਕਾ ਹੁੰਦਾ ਹੈ ਦੱਸਿਆ ਸਾਂ ਦਿਲੂ ਮੁਲਤਾਨੀ ਸਾਨੂੰ ਬੁਲਾਇਆ ਗਿਆ ਮੇਰੇ ਤੋਂ ਪਹਿਲੇ ਇੱਕ ਸਾਥੀ ਬੜੀ ਮੁਹੱਬਤ ਦੇ ਨਾਲ ਇੱਕ ਪੀਰ ਸਾਹਿਬ ਦੇ ਕੋਲ ਗਿਆ ਉਹ ਪੀਰ ਸਾਹਿਬ ਨੇ ਕਿਹਾ ਕਿ ਜੀ ਮੈਨੂੰ ਇੰਨੇ ਪੈਸੇ ਦਿਓ ਤੇ ਮੈਂ ਆਵਾਂਗਾ ਹੁਣ ਮੈਂ ਸਾਰੇ ਪੈਸਿਆਂ ਦਾ ਨਾਮ ਨਹੀਂ ਲੈਂਦਾ ਮੈਂ ਕਿਹਾ ਜੀ ਇੰਨੇ ਪੈਸੇ ਦਿਓ ਤੇ ਮੈਂ ਆਵਾਂਗਾ ਉਹ ਸਾਥੀ ਨੂੰ ਪਤਾ ਲੱਗ ਗਿਆ ਵੀ ਇੱਥੇ ਸੈਫੀਆਂ ਦਾ ਆਸਥਾਨਾ ਹੈ ਉਹ ਬੰਦਾ ਮੇਰੇ ਕੋਲ ਆਇਆ ਮੈਂ ਕਸਮ ਖਾ ਕੇ ਕਹਿੰਦਾ ਜਦੋਂ ਉਹਨੇ ਮੈਨੂੰ ਗੱਲ ਸੁਣਾਈ ਮੈਂ ਕਿਹਾ ਯਾਰ ਤੂੰ ਸਰਕਾਰ ਦਾ ਮਿਲਾਦ ਮਨਾਉਣਾ ਹੈ ਜੁੜੀਆ ਤੂੰ ਸਾਡਾ ਹਿੱਸਾ ਕੀ ਪਾਏਗਾ ਬੰਦਾ ਬੰਦਾ ਹੈਰਾਨ ਹੋ ਗਿਆ ਕਹਿੰਦੀ ਐਸੇ ਪੀਰ ਵੀ ਮੌਜੂਦ ਨੇ ਐਸੇ ਪੀਰ ਮੈਂ ਕਸਮ ਖਾ ਕੇ ਕਹਿ ਰਿਹਾ ਮੈਂ ਲਾਹੌਰੋਂ ਚਲਿਆ ਦਿਲੋਂ ਮੁਲਤਾਨੀ ਦਿਲੋਂ ਮੁਲਤਾਨੀ ਗਿਆ ਕਿੰਨਾ ਪੈਟਰੋਲ ਲੱਗ ਗਿਆ ਮੈਂ ਕਿਹਾ ਯਾਰ ਤੂੰ ਸਾਡਾ ਹਿੱਸਾ ਵੀ ਮਿਲਾਦ ਚ ਪਾਏ ਹੁਣ ਮੈਂ ਗਿਆ ਜਿਸ ਤਰ੍ਹਾਂ ਤੁਸੀਂ ਫੁੱਲ ਸੁੱਟੇ ਨੇ ਮੈਂ ਆਪਣੀ 43-44 ਸਾਲਾਂ ਉਮਰ ਦੇ ਅੰਦਰ छोटा गोश्त पकाओ जी मैं आ रहा मैं यार मैं दाल के काबल नहीं मैं दाल के काबल नहीं दाल भी खुदा दे कसम बेली छोटा गोश्त भी खवा दिता जान लगे मेनू लिफाफा दिता मैं क्या भी मेनू नहीं देना मस्जिद बना रहे हैं उसे भेजो लिफाफा हूं सिर्फ गल करने का मकसद है मैं भी पैसे मंग लेना बेलिया तेरी तो कभी पूरी बहनी नहीं सारी दुनिया की दौलत कट्ठी करने वाला बंदा वो भी आंदा है कहना है सरकार दुआ करो हालात ठीक नहीं है जिन्हों तुम कह रहे हालात ठीक नहीं पुछ कि पैसा कट्ठा किया उन्होंने भी पुछ कि पैसे कट्ठे कर ले जिसे कोई दबाव वास्ते रहे हैं खुदा की कसम अल्लाह वाले कट्ठे नहीं करते अल्लाह वाले तकसीम करते जाते रब होर दिता जाता है इस वह तो साथी सारे खड़े होंगे सलाम।